ਨੋਟਾਂ ਦਾ ਢੇਰ ਦੇਖ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਗਏ ਹੋਣਗੇ। ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਹਾ। ਦੱਸ ਦੇ ਕਿ ਇਹ ਮੰਤਰੀ ਦੇ ਨੌਕਰ ਦੇ ਘਰੋਂ ਇਹ ਕੈਸ਼ ਬਰਾਮਦ ਹੋਇਆ, ਲੱਖਾਂ ਨਹੀਂ ਬਲਕਿ ਇਸਦੀ ਕਰੋੜਾਂ ਦੀ ਗਿਣਤੀ ਹੈ। ਅਫਸਰਾਂ ਦੇ ਨੋਟ ਗਿਣਦੇ ਗਿਣਦੇ ਹੱਥ ਥੱਕ ਗਏ ਪਰ ਕੈਸ਼ ਖਤਮ ਨਹੀਂ ਹੋਇਆ। ਲਗਾਤਾਰ ਸਕਰੀਨ ਤੇ ਸਾਂਝੀਆਂ ਕਰ ਰਿਹਾ ਤਸਵੀਰਾਂ। ਇੱਕ ਪਾਸੇ ਲੋਕ ਸਭਾ ਚੋਣਾਂ ਨੇ ਤੇ ਦੂਜੇ ਪਾਸੇ ਈਡੀ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਝਾਰਖੰਡ ਦੇ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੇ ਕਰੋੜਾਂ ਦੀ ਨਗਦੀ ਬਰਾਮਦ ਕੀਤੀ ਗਈ ਹੈ। ਸਵੇਰ ਤੋਂ ਹੀ ਈਡੀ ਦੀ ਟੀਮਾਂ ਲਗਾਤਾਰ ਝਾਰਖੰਡ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਤੇ ਸਵੇਰੇ ਸਵੇਰੇ ਰਾਜ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਦੇ ਨੌਕਰ ਦੇ ਘਰ ਪਹੁੰਚੀ ਜਿੱਥੇ ਕਾਰਵਾਈ ਦੇਖਣ ਨੂੰ ਮਿਲੀ ਤੇ ਨੋਟਾਂ ਦਾ ਢੇਰ ਦੀਆਂ ਤਸਵੀਰਾਂ ਸਾਹਮਣੇ ਆਈਆਂ। ਈਡੀ ਅਧਿਕਾਰੀਆਂ ਨੇ ਘਰ ਦੇ ਹਰ ਕੋਨੇ ਦੀ ਤਲਾਸ਼ੀ ਲਈ ਹੁਣ ਤੱਕ ਕਰੀਬ 30 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। 25 ਤੋਂ 30 ਕਰੋੜ ਦੀ ਨਗਦੀ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਕਾਲਾ ਧਨ ਮੰਨਦੇ ਹੋਏ ਇਸਦੀ ਕਾਰਵਾਈ ਕੀਤੀ ਗਈ ਅਤੇ ਛਾਪੇਮਾਰੀ ਅਜੇ ਵੀ ਜਾ ਰਹੀ ਹੈ। ਈਡੀ ਦੇ ਅਧਿਕਾਰੀ ਨੇ ਨੌਕਰ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸਦੇ ਬੈਂਕ ਖਾਤਿਆਂ ਅਤੇ ਦਸਤਾਵੇਜ਼ ਖੰਗਾਲੇ ਜਾ ਰਹੇ ਨੇ। ਲਗਾਤਾਰ ਸਕਰੀਨ 'ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਨੋਟਾਂ ਦਾ ਢੇਰ ਇੱਕ ਨੌਕਰ ਦੇ ਘਰੋਂ ਬਰਾਮਦ ਹੋਇਆ। ਦੱਸ ਦਈਏ ਕਿ ਲਗਾਤਾਰ ਈਡੀ ਝਾਰਖੰਡ ਦੇ ਵਿੱਚ ਛਾਪੇਮਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਦੂਜੇ ਪਾਸੇ ਲੋਕ ਸਭਾ ਚੋਣਾਂ ਵੀ ਨੇ।